ਪਿਛਲੇ ਦਿਨੀ ਇੱਕ ਸੇਵਾਦਾਰ ਵਿਚਾਰਾ ਸੇਵਾ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਲੰਗਰ 'ਤੇ ਉਹ ਕੜਾਹੇ ਵਿੱਚ ਵਿਚਾਰਾ ਝੁਲਸਿਆ ਗਿਆ। ਯਤਨ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਪਰ ਉਹ ਯਤਨਾਂ ਵਿੱਚ ਸਫਲ ਨਹੀਂ ਹੋਏ, ਜਿਹਨੇ ਕਾਰਨ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ। ਸਰਦਾਰ ਬਲਦੇਵ ਸਿੰਘ, ਉਹ ਅੱਜ ਐਗਜੈਕਟਿਵ ਨੇ ਫੈਸਲਾ ਕੀਤਾ ਕਿਉਂਕਿ ਪਰਿਵਾਰ ਦਾ ਕੋਈ ਜੀ ਕਮਾਉਣ ਵਾਲਾ ਨਹੀਂ ਰਿਹਾ, ਉਹਨਾਂ ਨੂੰ 5 ਲੱਖ ਰੁਪਈਆ ਸਹਾਇਤਾ ਅਤੇ ਨਾਲ ਉਹਦੀ ਘਰ ਦੀ ਬੀਬੀ ਜਾਂ ਉਹਦਾ ਬੇਟਾ, ਉਹਨੂੰ ਤੁਰੰਤ ਨੌਕਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਿੱਤੀ ਜਾਊਗੀ। ਦੂਸਰਾ, ਪਿਛਲੇ ਦਿਨੀ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ। ਗੁਰਦੁਆਰਾ ਜਾਮਣੀ ਸਾਹਿਬ ਵਜੀਦਪੁਰ ਫਿਰੋਜ਼ਪੁਰ ਵਿਖੇ, ਉੱਥੇ ਸਿਲੰਡਰ ਦੇ ਗੈਸ ਸਿਲੰਡਰ ਦੇ ਫਟ ਜਾਣ ਦੇ ਨਾਲ 2 ਸਾਡੇ ਮੁਲਾਜ਼ਮ ਅਤੇ 5 ਬੱਚੇ ਵਿਚਾਰੇ ਜਿਹੜੇ ਸੇਵਾ ਕਰਨ ਆਏ ਸੀ ਉਹ ਵੀ ਝੁਲਸੇ ਗਏ। ਜਿਹੜੇ 2 ਸੇਵਾਦਾਰ ਸੀ ਉਹਨਾਂ 'ਚੋਂ ਇੱਕ ਧੂਫੀਆ ਸੀ ਸਾਡਾ, ਉਹ ਮੌਤ ਦੀ ਲੜਾਈ ਲੜਦਾ ਲੜਦਾ ਅਖੀਰ ਹਾਰ ਗਿਆ ਅਤੇ ਉਹਦੀ ਮੌਤ ਹੋ ਗਈ। ਜਿਹੜੇ ਬੱਚੇ ਸੀ ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਸੀ ਕਿ ਇਹਨਾਂ ਦਾ ਇਲਾਜ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਵਾਊਗੀ, ਅਤੇ ਉਹ ਅਸੀਂ ਜਥਾ ਸ਼ਕਤ ਮੁਤਾਬਕ ਨਹੀਂ, ਡਾਕਟਰਾਂ ਨੂੰ ਕਿਹਾ ਸੀ ਕਿ ਬਿਹਤਰ ਤੋਂ ਬਿਹਤਰ ਜਿਹੜਾ ਇਲਾਜ ਹੈ ਇਹਨਾਂ ਦਾ ਕੀਤਾ ਜਾਵੇ। ਸਤਿਗੁਰ ਨੇ ਉਹਨਾਂ ਨੂੰ ਦੋਵੇਂ ਰੋਗ ਤਾਂ ਤੰਦਰੁਸਤੀ ਬਖਸ਼ਿਸ਼ ਕੀਤੀ। ਜਿਹੜਾ ਇੱਕ ਧੂਫੀਆ ਵਿਚਾਰਾ ਉਹਦੀ ਡੈਥ ਹੋ ਗਈ, ਉਹਦੇ ਵੀ ਪਰਿਵਾਰਕ ਜੀ ਜਿਹੜਾ ਕੋਈ ਸਹਾਰਾ ਨਹੀਂ ਗਾ ਉਹਨਾਂ ਦਾ, ਅਤੇ ਮਾਤਾ ਬੁਢੇਪੇ 'ਚ ਆ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵੀ 5 ਲੱਖ ਰੁਪਈਆ ਮਾਲੀ ਸਹਾਇਤਾ ਅਤੇ ਨਾਲ ਇੱਕ ਪਰਿਵਾਰ ਦੇ ਜੀ ਨੂੰ ਤੁਰੰਤ ਨੌਕਰੀ ਦੇਣ ਦਾ ਜਿਹੜਾ ਉਹ ਵੀ ਅੱਜ ਫੈਸਲਾ ਕੀਤਾ। ਨਾਲ ਦੀ ਨਾਲ ਜਿਹੜੇ ਬੱਚੇ ਜਿਨ੍ਹਾਂ ਨੂੰ ਉਹ ਅੱਗ ਦਾ ਸੇਕ ਸਿਲੰਡਰ ਫਟਣ ਨਾਲ ਲੱਗਾ, ਉਹਨਾਂ 5 ਬੱਚਿਆਂ ਨੂੰ 75,000 ਰੁਪਈਆ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ। ਪਿਛਲੇ ਦਿਨੀ ਓਲੰਪਿਕ ਦੇ ਵਿੱਚ ਤਾਂਬੇ ਦਾ ਤਗਮਾ ਲੈ ਕੇ ਭਾਰਤੀ ਹਾਕੀ ਟੀਮ ਇੱਥੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਈ ਸੀ, ਜਿਸ ਦੇ ਵਿੱਚ ਉਹਨਾਂ ਦਾ ਸਤਿਕਾਰ ਵੀ ਕੀਤਾ ਗਿਆ, ਪਰ ਉਹਨਾਂ 'ਚ ਇੱਕ ਪਲੇਅਰ ਜਰਮਨਪ੍ਰੀਤ ਸਿੰਘ ਜਿਹੜਾ ਸਾਬਤ ਸੂਰਤ ਆ, ਉਹਦਾ ਵਿਸ਼ੇਸ਼ ਸਨਮਾਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੂਗੀ, ਅਤੇ 5 ਲੱਖ ਰੁਪਈਆ ਉਹਨਾਂ ਨੂੰ ਵੀ, ਉਹ ਸਾਬਤ ਸੂਰਤ ਹਾਕੀ ਦਾ ਪਲੇਅਰ ਪੰਜਾਬ ਦੀ ਅਤੇ ਇਸ ਗੁਰਾਂ ਦੀ ਧਰਤੀ ਦਾ ਜਿਹੜਾ ਸਾਬਤ ਸੂਰਤ, ਉਹ ਵਿਦੇਸ਼ਾਂ ਦੀ ਧਰਤੀ 'ਤੇ ਮੈਚ ਖੇਡਿਆ, ਉਹਦਾ ਵੀ ਅੱਜ ਫੈਸਲਾ ਕੀਤਾ ਗਿਆ।